ਗੱਡੀ ਚ ਕੌਣ ਸਵਾਰੀਆਂ? ਨਹੀਂ ਜੀ, ਫੈਮਿਲੀ ਹੈ ਜੀ। ਇਹ ਮੇਰਾ ਦੋਸਤ ਹੈ ਜੀ, ਇਹਦੀਆਂ ਭੈਣਾਂ ਨੇ। ਇਹਨਾਂ ਨੂੰ ਤਾਂ ਪਤਾ ਲੱਗ ਗਿਆ ਸੀ ਇਹਨਾਂ ਦੀਆਂ ਭੂਆ, ਸਾਨੂੰ ਵੀ ਦੱਸ ਦੋ ਸਾਡਾ ਕੌਣ ਕੀ ਲਾਦਾ। ਤੁਹਾਡੇ ਨਾਨੀ ਨੂੰ ਘੁਮਾਉਣ ਵਾਲੇ ਫੈਸਲੇ ਨੇ, ਮੇਰਾ ਦਿਲ ਜਿੱਤ ਲਿਆ ਜੀ। ਤੇਰਾ ਦਿਲ ਬਹੁਤ ਵਰਲਡ ਕੱਪ ਹੈ ਜਿਹੜਾ ਜਿੱਤ ਲਿਆ, ਚੁੱਪ ਕਰਕੇ ਗੱਡੀ ਚ ਲਾ ਲਾ। ਮੈਂ ਸੁਣਿਆ ਪੰਜਾਬ ਚ ਹੋਮਮੇਡ ਦਾਰੂ ਵੀ ਮਿਲਦੀ ਆ। ਹਾਂਜੀ, ਉਹ ਸਾਡੇ ਬੰਦੇ ਕਹਿੰਦੇ ਅੰਗਰੇਜ਼ੀ ਦਾਰੂ ਪੀ ਕੇ ਲਲਕਰੇ ਨਹੀਂ ਵੱਜਦੇ ਜੀ। ਲਲਕਰੇ? ਉਹ ਜਿਹੜੀ ਦਾਰੂ ਪੀ ਕੇ ਮੂੰਹ ਨਾਲ ਮਿਊਜ਼ਿਕ ਜਿਹਾ ਬਣਾਉਂਦੇ ਹੁੰਦੇ ਆ ਜੀ। ਮਾਮੀ ਮੈਂ ਡਾਈਟਿੰਗ ਕਰ ਰਹੀ ਆ। ਲੈ ਮੈਂ ਆਈਲੈਟਸ ਕਰ ਰਿਹਾ, ਤੁਸੀਂ ਰੱਜ ਰੱਜ ਕੇ ਖਾਇਆ ਕਰੋ, ਕੱਲ ਨੂੰ ਵਿਆਹ ਵੀ ਕਰਾਉਣਾ। ਹਾਏ ਹਾਏ ਕੁੜੀਏ, ਆ ਕੀ ਕਰੀ ਜਾਨੀ ਆ? ਬੇਇੱਜ਼ਤੀ ਕਰਾਏਂਗੀ ਸਾਡੇ ਪਿੰਡ ਚ। ਨਾਲ ਗੰਡਾ ਗੁੰਡਾ ਤਾਂ ਰੱਖ ਲੈ, ਲੋਕਾਂ ਨੇ ਕਹਿਣਾ ਨਾਨਕਿਆਂ ਨੇ ਸੁੱਕੀ ਪਿਆਤੀ। ਅਜੇ ਮੈਂ ਤੁਹਾਡੇ ਵਰਗਾ ਨਹੀਂ। ਓਏ ਮੱਗਰ ਓਏ, ਯਾਰ ਮੈਂ ਤਾਂ ਜਿਹੜਾ ਸੋਹਣਾ ਹੈ ਹੈ, ਤੇਰੀ ਭਰਜਾਈ ਵੀ ਘੱਟ ਨਹੀਂ ਨਾ ਗੋਰੇ ਨਾਲ ਮਿਲਾ ਗਈ। ਇੱਥੇ ਤੁਸੀਂ ਸਾਰਿਆਂ ਨੂੰ ਨਾ ਦੱਸਿਓ ਵੀ ਤੁਸੀਂ ਕੈਨੇਡਾ ਤੋਂ ਆਏ ਹੋ। ਲੋਕ ਇੱਥੇ ਕੈਨੇਡਾ ਵਾਲਿਆਂ ਦੇ ਮਗਰ ਐ ਪੈਂਦੇ ਆ ਜਿਵੇਂ ਡਿਸਕਵਰੀ ਵਾਲੇ ਸੱਪਾਂ ਦੇ ਮਗਰ। ਖਾਲਾ, ਇੱਥੇ ਰਾਤ ਨੂੰ ਚੂਰੀ ਨੀ ਮਿਲਣੀ, ਨਾਲੇ ਆ ਜਿਹੜਾ ਹੱਥ ਚ ਫੜੀ ਬੈਠੀ ਆ ਨਾ, ਇਹ ਸਾਬਣ ਆ ਚਬਾਣ ਵਾਲੀ। ਨਾ ਦੋ ਕੌਲੀਆਂ ਸੀ, ਹੁਣ ਨਾਲ ਤੀਜੀ ਵੀ ਰਲ ਗਈ। ਵੇਖਿਓ ਕਿਤੇ ਬੁੜੀ ਨਾ ਵਿਗਾੜ ਦੇ। ਓਏ ਮਗਰਾ, ਕੈਨੇਡਾ ਤੋਂ ਪਟੋਲੇ ਆਇਆ। ਇੱਥੇ ਤੁਸੀਂ ਸਾਰਿਆਂ ਨੂੰ ਨਾ ਦੱਸਿਓ ਵੀ ਤੁਸੀਂ ਕੈਨੇਡਾ ਤੋਂ ਆਏ ਹੋ। ਲੋਕ ਇੱਥੇ ਕੈਨੇਡਾ ਵਾਲਿਆਂ ਦੇ ਮਗਰ ਐ ਪੈਂਦੇ ਆ ਜਿਵੇਂ ਡਿਸਕਵਰੀ ਵਾਲੇ ਸੱਪਾਂ ਦੇ ਮਗਰ। ਇਹਨਾਂ ਨੂੰ ਤਾਂ ਪਤਾ ਲੱਗ ਗਿਆ ਸੀ ਇਹਨਾਂ ਦੀਆਂ ਭੂਆ, ਸਾਨੂੰ ਵੀ ਦੱਸ ਦੋ ਸਾਡਾ ਕੌਣ ਕੀ ਲਾਦਾ। ਅਜੇ ਮੈਂ ਤੁਹਾਡੇ ਵਰਗਾ ਨਹੀਂ। ਓਏ ਮੱਗਰ ਓਏ, ਯਾਰ ਮੈਂ ਤਾਂ ਜਿਹੜਾ ਸੋਹਣਾ ਹੈ, ਤੇਰੀ ਭਰਜਾਈ ਵੀ ਘੱਟ ਨਹੀਂ ਨਾ ਗੋਰੇ ਨਾਲ ਮਿਲਾ ਗਈ। ਮੈਂ ਸੁਣਿਆ ਪੰਜਾਬ ਚ ਹੋਮਮੇਡ ਦਾਰੂ ਵੀ ਮਿਲਦੀ ਆ। ਹਾਂਜੀ, ਉਹ ਸਾਡੇ ਬੰਦੇ ਕਹਿੰਦੇ ਅੰਗਰੇਜ਼ੀ ਦਾਰੂ ਪੀ ਕੇ ਲਲਕਰੇ ਨਹੀਂ ਵੱਜਦੇ ਜੀ। ਲਲਕਰੇ? ਉਹ ਜਿਹੜੀ ਦਾਰੂ ਪੀ ਕੇ ਮੂੰਹ ਨਾਲ ਮਿਊਜ਼ਿਕ ਜਿਹਾ ਬਣਾਉਂਦੇ ਹੁੰਦੇ ਆ ਜੀ। ਹਾਏ ਹਾਏ ਕੁੜੀਏ, ਆ ਕੀ ਕਰੀ ਜਾਨੀ ਆ? ਬੇਇੱਜ਼ਤੀ ਕਰਾਏਂਗੀ ਸਾਡੇ ਪਿੰਡ ਚ। ਨਾਲ ਗੰਡਾ ਗੁੰਡਾ ਤਾਂ ਰੱਖ ਲੈ, ਲੋਕਾਂ ਨੇ ਕਹਿਣਾ ਨਾਨਕਿਆਂ ਨੇ ਸੁੱਕੀ ਪਿਆਤੀ। ਮਾਮੀ ਮੈਂ ਡਾਈਟਿੰਗ ਕਰ ਰਹੀ ਆ। ਲੈ ਮੈਂ ਆਈਲੈਟਸ ਕਰ ਰਿਹਾ, ਤੁਸੀਂ ਰੱਜ ਰੱਜ ਕੇ ਖਾਇਆ ਕਰੋ, ਕੱਲ ਨੂੰ ਵਿਆਹ ਵੀ ਕਰਾਉਣਾ। ਬੀਬੀ ਲੈ ਚਾਹ ਪੀ ਲੈ। ਓ ਮੋਮ, ਤੁਹਾਡੀ ਮਦਦ ਤਾਂ ਬਹੁਤ ਗੁੱਸਿਆ ਲਿਆ, ਅਸੀਂ ਦੋਵੇਂ ਤਾਂ ਡਰਦੀਆਂ ਸਾਹਮਣੇ ਹੀ ਨਹੀਂ ਗਈਆਂ, ਕਿਤੇ ਕੋਟੀ ਨਾ ਦੇਣ। ਜੇ ਚੰਗੀ ਚਾਹੁੰਦੀ ਹੈ ਨਾ, ਜਿੰਨੀ ਪੈਰੀ ਆਈਆਂ ਓਨੀ ਪੈਰੀ ਮੁੜ ਜਾ। ਨਾਨੀ ਸਾਡੇ ਨਾਲ ਤੇਰਾ ਕੀ ਵੈਰ ਆ? ਅਸੀਂ ਤਾਂ ਤੇਰੇ ਨਾਲ ਗੱਲਾਂ ਕਰਨ ਆਏ ਆ। ਕਿਹੜੀਆਂ ਗੱਲਾਂ ਕਰਨ ਆਈ ਓਨੀ, ਜਿਹੜੀਆਂ ਮਾਨਸ ਖਾ ਕੇ ਭੇਜੀਆਂ? ਮੈਂ ਸੋਚਿਆ ਵੀ ਤੁਸੀਂ ਆਈਆਂ ਤਾਂ ਹੈਗੀਆਂ, ਕਿਉਂ ਨਾ ਆਪਾਂ ਵੰਡ ਵੰਡੇਵੇ ਵਾਲਾ ਕੰਮ ਵੀ ਨਿਬੇੜ ਲਈਏ। ਜ਼ਮੀਨ ਤਾਂ ਪੁੱਤ ਮੁੰਡਿਆਂ ਦੀ ਹੀ ਹੁੰਦੀ ਹੈ। ਹੰਝੂ ਪੂੰਜ ਕੇ ਹੱਸਣ ਦਾ ਤੂੰ ਦੱਸ ਜਾ ਸਾਨੂੰ ਟੰਗ ਨੀ ਮਾਏ। ਸ਼ੂਗਰ ਕੋਟਡ ਪੀਪਲ ਆ, ਮੋਮ ਨਾਲ ਸਿੱਧੀ ਗੱਲ ਨਹੀਂ ਸੀ ਕਰ ਸਕਦੇ। ਮੈਨੂੰ ਤਾਂ ਲੱਗਦਾ ਇਹਨਾਂ ਲੋਕਾਂ ਨੇ ਨਾਨੀ ਨੂੰ ਫਰਸਟ੍ਰੇਟ ਕੀਤਾ ਹੋਇਆ। ਮਾਮਾ ਜੀ ਤੁਸੀਂ ਫਿਕਰ ਨਾ ਕਰਿਓ, ਅਸੀਂ 5-7 ਡੇਸ 'ਚ ਵਾਪਸ ਆ ਜਾਣਾ, ਨਾਲੇ ਨਾਨੀ ਨੂੰ ਵੀ ਵਧੀਆ ਲੱਗੇਗਾ ਘਰੋਂ ਬਾਹਰ ਨਿਕਲ ਕੇ। ਤੁਹਾਡੇ ਨਾਨੀ ਨੂੰ ਘੁਮਾਉਣ ਵਾਲੇ ਫੈਸਲੇ ਨੇ, ਮੇਰਾ ਦਿਲ ਜਿੱਤ ਲਿਆ ਜੀ। ਤੇਰਾ ਦਿਲ ਬਹੁਤ ਵਰਲਡ ਕੱਪ ਹੈ ਜਿਹੜਾ ਜਿੱਤ ਲਿਆ, ਚੁੱਪ ਕਰਕੇ ਗੱਡੀ ਚ ਲਾ ਲਾ। ਸੋਹਣਾ ਲੱਗਾ ਕਮਰਾ? ਹੱਡੇ ਸੋਹਣੇ ਸਾਂਦਾ ਤਾਂ ਕਦੇ ਸੁਪਨਾ ਵੀ ਨਹੀਂ ਲਿਆ ਪੁੱਤ। ਖਾਲਾ, ਇੱਥੇ ਰਾਤ ਨੂੰ ਚੂਰੀ ਨੀ ਮਿਲਣੀ, ਨਾਲੇ ਆ ਜਿਹੜਾ ਹੱਥ ਚ ਫੜੀ ਬੈਠੀ ਆ ਨਾ, ਇਹ ਸਾਬਣ ਆ ਚਬਾਣ ਵਾਲੀ। ਪਹਿਲਾਂ ਦੋ ਕੌਲੀਆਂ ਸੀ, ਹੁਣ ਨਾਲ ਤੀਜੀ ਵੀ ਰਲ ਗਈ। ਵੇਖਿਓ ਕਿਤੇ ਬੁੜੀ ਨਾ ਵਿਗਾੜ ਦਿਓ। ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਟਦੀ, ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਟਦੀ, ਉਹ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਟਦੀ। ਗੱਡੀ ਚ ਕੌਣ ਸਵਾਰੀਆਂ? ਨਹੀਂ ਜੀ, ਫੈਮਿਲੀ ਹੈ ਜੀ। ਇਹ ਮੇਰਾ ਦੋਸਤ ਹੈ ਜੀ, ਇਹਦੀਆਂ ਭੈਣਾਂ ਨੇ, ਅਸੀਂ ਵਿਆਹ ਤੇ ਚੱਲੇ।